ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹ ਕਲੀਅਰ ਔਰ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ। ਗਰਮੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧ ਸਕਦੀ ਹੈ। ਕਿੰਨੇ ਸਾਲ ਪੁਰਾਣਾ ਰਿਕਾਰਡ ਜਿਹੜੀ ਹੈ ਗਰਮੀ ਜਿਹੜੀ ਹੈ ਤੋੜਦੀ ਹੋਈ ਨਜ਼ਰ ਆਊਗੀ? ਬਿਲਕੁਲ ਜੀ, ਕਿਉਂਕਿ ਟੈਂਪਰੇਚਰ ਹੁਣ ਵਧਣ ਦੇ ਚਾਂਸਿਸ ਜ਼ਿਆਦਾ ਨੇ ਕਿਉਂਕਿ ਹਲੇ ਕੋਈ ਸਿਸਟਮ ਨਹੀਂ ਹੈਗਾ। ਫਾਰਮਰਸ ਨੂੰ ਅਸੀਂ ਇਹੀ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹ ਗਰਮ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ। ਜਿਹੜੇ ਨੈਕਸਟ ਫਾਰਮ ਓਪਰੇਸ਼ਨਸ ਕਰਨੇ ਆ ਇਹ ਵਾਲੀਆਂ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਉਹ ਪਲਾਨ ਕਰ ਸਕਦੇ ਨੇ। ਸੋ ਬੜੀ ਇੰਟੈਂਸ ਹੀਟ ਅੱਜ ਕੱਲ੍ਹ ਚੱਲ ਰਹੀ ਹੈਗੀ ਹੈ, ਸੋ ਡਾਇਰੈਕਟ ਐਕਸਪੋਜ਼ਰ ਉਹਨਾਂ ਨੂੰ ਜ਼ਰੂਰ ਅਵੋਇਡ ਕਰਨਾ ਚਾਹੀਦਾ ਜਿੰਨਾ ਪੋਸੀਬਲ ਹੋਵੇ। ਹਾਈਡਰੇਟਿਡ ਆਪਣੇ ਆਪ ਨੂੰ ਰੱਖਣਾ ਚਾਹੀਦਾ, ਲਿਕੁਇਡਸ ਵੱਧ ਤੋਂ ਵੱਧ ਲੈਣੇ ਚਾਹੀਦੇ ਨੇ ਤਾਂ ਕਿ ਜਿਹੜੀਆਂ ਇੰਨੀਆਂ ਇੰਟੈਂਸ ਹੀਟ ਕੰਡੀਸ਼ਨਸ ਨੇ ਉਹਨਾਂ ਦਾ ਸਿਹਤ 'ਤੇ ਕੋਈ ਨੁਕਸਾਨ ਨਾ ਹੋ ਸਕੇ। ਜੀ 16, 17 ਔਰ 18 ਤਰੀਕ ਨੂੰ IMD ਵੱਲੋਂ ਹੀਟ ਵੇਵ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਨੇਹਾ ਮਲਿਕ। ਜੇਕਰ ਗੱਲ ਕੀਤੀ ਜਾਵੇ ਮੌਸਮ ਦੀ ਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆ ਰਹੀ ਹੈ ਤੇ ਲਗਾਤਾਰ ਹੀ ਜਿਹੜੀ ਗਰਮੀ ਆ ਉਹ ਵੀ ਵਧਦੀ ਹੋਈ ਨਜ਼ਰ ਆ ਰਹੀ ਹੈ ਤੇ ਅੱਜ ਸਾਡੇ ਨਾਲ ਡਾਕਟਰ ਪਵਨੀਤ ਕੁਇੰਗਰਾ ਜੀ ਮੌਜੂਦ ਨੇ। ਆਪਾਂ ਉਹਨਾਂ ਨਾਲ ਗੱਲ ਕਰਾਂਗੇ ਵੈਦਰ ਬਾਰੇ ਕਿ ਕਿੱਦਾਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਕਿੱਦਾਂ ਦਾ ਵੈਦਰ ਰਹੂਗਾ, ਕੀ ਕੰਡੀਸ਼ਨ ਜਿਹੜੀਆਂ ਨੇ ਸਾਨੂੰ ਵੈਦਰ ਦੀ ਦੇਖਣੀ ਪੈ ਸਕਦੀ ਹੈ, ਸਾਰੀ ਗੱਲਬਾਤ ਕਰਦੇ ਤੇ ਜਾਣਦੇ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਲਗਾਤਾਰ ਦੀ ਜੇਕਰ ਗੱਲ ਕੀਤੀ ਜਾਵੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਪਰ ਗਰਮੀ ਜਿਹੜੀ ਆ ਵੱਧਦੀ ਹੋਈ ਨਜ਼ਰ ਆ ਰਹੀ ਹੈ, ਕੀ ਲੱਗਦਾ ਕਿ ਗਰਮੀ ਹੋਰ ਵਧੂਗੀ? ਬਿਲਕੁਲ ਜੀ, ਕਿਉਂਕਿ ਜੇ ਅਸੀਂ ਪ੍ਰੀਵੇਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਜੋ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਡੇ ਟਾਈਮ ਟੈਂਪਰੇਚਰ 38.5 ਡਿਗਰੀ ਸੈਂਟੀਗ੍ਰੇਡ ਹੈ। ਸੋ ਲਗਭਗ ਨੋਰਮਲੀ ਟੈਂਪਰੇਚਰ ਓਬਜ਼ਰਵ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 20.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 22.4 ਡਿਗਰੀ ਸੈਂਟੀਗ੍ਰੇਡ ਹੈ। ਸੋ ਇਹ ਲਗਭਗ 2 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ। ਪਰ ਜੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ, ਕਿਉਂਕਿ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਦੀ ਅਸੀਂ ਹਲੇ ਡਿਵੈਲਪਮੈਂਟ ਨਹੀਂ ਦੇਖ ਰਹੇ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹ ਕਲੀਅਰ ਔਰ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ। ਸੋ ਇਹਦੇ ਕਰਕੇ ਜਿਹੜੀ ਗਰਮੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧ ਸਕਦੀ ਹੈ, ਔਰ ਇਹਦੇ ਕਰਕੇ IMD ਵੱਲੋਂ 16, 17 ਔਰ 18 ਮਈ ਨੂੰ ਹੀਟ ਵੇਵ ਵਾਸਤੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਗਰਮ ਹਵਾਵਾਂ ਲਈ। ਜੀ ਜੀ। ਤੇ ਮੈਮ ਜਿਹੜੀ ਗਰਮੀ ਹੈ ਲਗਾਤਾਰ ਹੀ ਇੰਨੀ ਵੱਧਦੀ ਜਾਊਗੀ ਕਿ ਹੋਰ ਵੀ ਗਰਮੀ ਜਿਹੜੀ ਹੈ ਰਿਕਾਰਡ ਤੋੜਦੀ ਹੋਈ ਨਜ਼ਰ ਆਊਗੀ ਇਸ ਵਾਰੀ? ਕਿੰਨੇ ਸਾਲ ਪੁਰਾਣਾ ਰਿਕਾਰਡ ਜਿਹੜੀ ਹੈ ਗਰਮੀ ਜਿਹੜੀ ਹੈ ਤੋੜਦੀ ਹੋਈ ਨਜ਼ਰ ਆਊਗੀ? ਜੀ ਫਿਲਹਾਲ ਤਾਂ ਜੀ ਅਸੀਂ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਆਲਮੋਸਟ ਨੋਰਮਲ ਚੱਲ ਰਹੀਆਂ ਨੇ ਡੇ ਟਾਈਮ ਟੈਂਪਰੇਚਰ, ਕਿਉਂਕਿ ਪਿਛਲੇ ਦਿਨਾਂ ਵਿੱਚ ਅਸੀਂ ਦੇਖਿਆ ਕਿ ਜਿਹੜਾ WD ਸਿਸਟਮ ਦੀ ਫ੍ਰੀਕੁਐਂਸੀ ਕਾਫੀ ਰਹੀ, ਕੁਝ ਦਿਨ ਗਰਮੀ ਹੁੰਦੀ ਸੀ ਫਿਰ WD ਸਿਸਟਮ ਡਿਵੈਲਪ ਹੋ ਜਾਂਦਾ ਸੀ, ਉਹਦੇ ਨਾਲ ਫਿਰ ਜਿਹੜੀਆਂ ਵੈਦਰ ਕੰਡੀਸ਼ਨਸ ਥੋੜ੍ਹੀਆਂ ਮੋਡਰੇਟ ਹੋ ਜਾਂਦੀਆਂ ਸੀਗੀਆਂ। ਬਟ ਹੁਣ ਜੇ ਅਸੀਂ ਦੇਖੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਹਲੇ WD ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਸ਼ੋ ਹੋ ਰਹੀ, ਸੋ ਉਹਦੇ ਕਰਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਰਾਈਜ਼ ਕਰ ਸਕਦਾ, ਸੋ ਉਹਦੇ ਕਰਕੇ ਹੀਟ ਵੇਵ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਰੀਜਨ ਦੇ ਵਿੱਚ ਡਿਵੈਲਪ ਹੋ ਸਕਦੀ ਹੈ। ਜਿਵੇਂ ਤੁਸੀਂ ਕਹਿ ਰਹੇ ਹੋ 17 ਅਤੇ 18 ਨੂੰ ਬਹੁਤ ਜ਼ਿਆਦਾ ਜਿਹੜੀਆਂ ਗਰਮ ਤੇਜ਼ ਹਵਾਵਾਂ ਚੱਲਣਗੀਆਂ, ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ, ਅਤੇ ਮੈਮ ਲੱਗ ਰਿਹਾ ਕਿ ਇਸ ਤੋਂ ਬਾਅਦ ਜਿਹੜੀ ਗਰਮੀ ਹੋਰ ਵਧੂਗੀ? ਬਿਲਕੁਲ ਜੀ, ਕਿਉਂਕਿ ਟੈਂਪਰੇਚਰ ਹੁਣ ਵਧਣ ਦੇ ਚਾਂਸਿਸ ਜ਼ਿਆਦਾ ਨੇ ਕਿਉਂਕਿ ਹਲੇ ਕੋਈ ਸਿਸਟਮ ਨਹੀਂ ਹੈਗਾ, ਗਰਮ ਔਰ ਖੁਸ਼ਕ ਹੀ ਹਲੇ ਮੌਸਮ ਰਹਿਣ ਦਾ ਅਨੁਮਾਨ ਹੈ, ਸੋ ਉਹਦੇ ਕਰਕੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਜ਼ਰੂਰ ਵੱਧ ਸਕਦੀ ਹੈ ਜੀ। ਅਤੇ ਮੈਮ ਲੋਕਾਂ ਨੂੰ ਕਿਸ ਤਰੀਕੇ ਨਾਲ ਆਪਣਾ ਜਿਹੜਾ ਧਿਆਨ ਰੱਖਣਾ ਚਾਹੀਦਾ ਹੈ?
ਲੋਕਾਂ ਨੂੰ ਇਹੀ ਸਲਾਹ ਦੇ ਸਕਦੇ ਹਾਂ ਜੀ ਕਿ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਵੇਵ ਕੰਡੀਸ਼ਨਸ ਦੀ ਪ੍ਰੀਡਿਕਸ਼ਨ ਹੈ, ਸੋ ਬੜੀ ਇੰਟੈਂਸ ਹੀਟ ਅੱਜ ਕੱਲ੍ਹ ਚੱਲ ਰਹੀ ਹੈਗੀ ਆ, ਸੋ ਡਾਇਰੈਕਟ ਐਕਸਪੋਜ਼ਰ ਉਹਨਾਂ ਨੂੰ ਜ਼ਰੂਰ ਅਵੋਇਡ ਕਰਨਾ ਚਾਹੀਦਾ ਜਿੰਨਾ ਪੋਸੀਬਲ ਹੋਵੇ, ਔਰ ਇਹਦੇ ਤੋਂ ਬਿਨਾਂ ਡਾਇਟ ਵਗੈਰਾ ਪ੍ਰੋਪਰ ਲੈਣੀ ਚਾਹੀਦੀ ਆ, ਹੈਲਦੀ ਡਾਇਟ ਲੈਣੀ ਚਾਹੀਦੀ ਆ, ਔਰ ਹਾਈਡਰੇਟਿਡ ਆਪਣੇ ਆਪ ਨੂੰ ਰੱਖਣਾ ਚਾਹੀਦਾ, ਲਿਕੁਇਡਸ ਵੱਧ ਤੋਂ ਵੱਧ ਲੈਣੇ ਚਾਹੀਦੇ ਨੇ ਤਾਂ ਕਿ ਜਿਹੜੀਆਂ ਇੰਨੀਆਂ ਇੰਟੈਂਸ ਹੀਟ ਕੰਡੀਸ਼ਨਸ ਨੇ ਉਹਨਾਂ ਦਾ ਸਿਹਤ 'ਤੇ ਕੋਈ ਨੁਕਸਾਨ ਨਾ ਹੋ ਸਕੇ। ਅਤੇ ਮੈਮ ਕਿਸਾਨਾਂ ਲਈ ਕੀ ਸਲਾਹ ਦਊਂਗੇ ਕਿ ਕਿੱਦਾਂ ਉਹਨਾਂ ਨੂੰ ਆਪਣੀ ਫਸਲਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ? ਫਾਰਮਰਸ ਨੂੰ ਅਸੀਂ ਇਹੀ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹ ਗਰਮ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ, ਕਿਉਂਕਿ ਵੀਟ ਕ੍ਰੋਪ ਦੀ ਹਾਰਵੈਸਟਿੰਗ ਤਾਂ ਆਲਮੋਸਟ ਹੁਣ ਹੋ ਚੁੱਕੀ ਹੈਗੀ ਆ, ਸੋ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਵੈਦਰ ਗਰਮ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ, ਸੋ ਉਹਨਾਂ ਨੇ ਹੁਣ ਜਿਹੜੇ ਨੈਕਸਟ ਫਾਰਮ ਓਪਰੇਸ਼ਨਸ ਕਰਨੇ ਆ ਇਹ ਵਾਲੀਆਂ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਉਹ ਪਲਾਨ ਕਰ ਸਕਦੇ ਨੇ। ਬਿਲਕੁਲ। ਅਤੇ ਮੈਮ ਕੋਈ ਖਾਸ ਮੈਸੇਜ ਜੋ ਕਿ ਤੁਸੀਂ ਦੇਣਾ ਚਾਹੁੰਦੇ ਹੋ ਕਿ 16 ਅਤੇ 17 ਨੂੰ ਕਿਸ ਤਰੀਕੇ ਦੀ ਜਿਹੜੀ ਗਰਮੀ ਆ ਉਹ ਹੋਊਗੀ ਅਤੇ ਕਿਸ ਤਰੀਕੇ ਦੀ ਜਿਹੜੀ ਗਰਮ ਹਵਾਵਾਂ ਨੇ ਉਹ ਚੱਲਣਗੀਆਂ? ਜੀ 16, 17 ਔਰ 18 ਤਰੀਕ ਨੂੰ IMD ਵੱਲੋਂ ਹੀਟ ਵੇਵ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ, ਸੋ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਚੱਲ ਸਕਦੀਆਂ ਨੇ, ਸੋ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ, ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ, ਹੈਲਦੀ ਡਾਇਟ ਲੈਣੀ ਚਾਹੀਦੀ ਆ, ਔਰ ਲਿਕੁਇਡਸ ਵੱਧ ਤੋਂ ਵੱਧ ਲੈ ਕੇ ਆਪਣੇ ਆਪ ਨੂੰ ਹਾਈਡਰੇਟਿਡ ਰੱਖਣਾ ਚਾਹੀਦਾ। ਬਿਲਕੁਲ। ਸੋ ਆਲੋ ਜੀ ਅਸੀਂ ਗੱਲ ਕਰਾਤੀ ਹੈ, ਜੇਕਰ ਗੱਲ ਕਰੀਏ 16, 17 ਅਤੇ 18 ਲਈ ਜਿਹੜਾ ਯੈਲੋ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਜਿਹੜੇ ਵੱਧ ਤੋਂ ਵੱਧ ਜਿਹੜੇ ਗਰਮੀ ਹੋਣ ਦੀ ਸੰਭਾਵਨਾ ਨੇ, ਤੇਜ਼ ਹਵਾਵਾਂ ਅਤੇ ਗਰਮ ਹਵਾਵਾਂ ਚੱਲਣ ਦੀਆਂ ਵੀ ਸੰਭਾਵਨਾ ਜਿਹੜੀਆਂ ਨੇ ਦੇਖਣ ਨੂੰ ਮਿਲਣਗੀਆਂ, ਤਾਂ ਅਸੀਂ ਇਹੀ ਉਮੀਦ ਕਰਦੇ ਤੁਸੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਧਿਆਨ ਰੱਖੋ ਅਤੇ ਜੇਕਰ ਗੱਲ ਕੀਤੀ ਜਾਵੇ ਫੂਡ ਦੀ ਤਾਂ ਹੈਲਦੀ ਫੂਡ ਜਿਹੜਾ ਉਹ ਖਾਓ ਅਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਤੁਸੀਂ ਸਿਟੀ ਹੈਡਲਾਈਨਸ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਸਾਹਿਲ ਨਾਲ।